ਲਓ ਜੀ ਪੰਜਾਬ ਵਾਸੀਆਂ ਸੇ ਬੜੀ ਖੁਸ਼ਖਬਰੀ ਦੀ ਗੱਲ ਐ ਅੱਜ ਕਰੋਨਾ ਵਾਇਰਸ ਨੂੰ ਸੀਐਮ ਸਾਹਿਬ ਨੇ ਬਿਠਾ ਕੇ ਕੋਲ ਬਿਠਾ ਕੇ ਕੰਨ ਫੜਾ ਕੇ ਬਿਠਾ ਕੇ ਕਿਹਾ ਉਹਨਾਂ ਨੇ ਵੀ ਤੂੰ ਸ਼ਨੀਵਾਰ ਨਹੀਂ ਬਣਨਾ ਹੁਣ ਅੱਗੇ ਸ਼ਨੀਆ ਤਰ ਤੈਨੂੰ ਦੋ ਦਿਨ ਦਿੱਤੇ ਸੀ ਹੁਣ ਤੈਨੂੰ ਦੋ ਦਿਨ ਨਹੀਂ ਹੁਣ ਤੈਨੂੰ ਇੱਕ ਦਿਨ ਬਣਨਾ ਸਿਰਫ ਸੰਡੇ ਬਾਕੀ ਜਿਹੇ ਦਿਨ ਤੂੰ ਨਹੀਂ ਬਣਨਾ ਸ਼ਹਿਰਾ ਚ ਪਿੰਡਾ ਚ ਕਿਤੇ ਨਹੀਂ ਬਣਨਾ ਬਕਾਇਦਾ ਬਿਠਾ ਕੇ ਗੱਲ ਹੋ ਗਈ ਐ ਔਰ ਉਹਨੂੰ ਕਹਿ ਦਿੱਤਾ ਗਿਆ ਵੀ ਤੂੰ ਪੜ੍ਹੇ ਲਿਖਿਆ ਵਾ ਸਿਆਣਾ ਵਾ ਕਰੋਨਾ ਵਾਇਰਸ ਪੜ੍ਹੇ ਲਿਖਿਆ ਚਾਇਨਾ ਤੋਂ ਪੜ੍ਹਾਈ ਕਰਕੇ ਆ ਬੜੀ ਬਹੁਤ ਪੜ੍ਹੇ ਲਿਖਿਆ ਵਾ ਤੇ بڑے ਮੁਲਕਾਂ ਚ ਤਲਕਾ ਮਜਾ ਆ ਉਹਨੇ ਤੁਹਾਨੂੰ ਪਤਾ ਹੀ ਆ ਇੰਜੀਨੀਅਰ ਟੈਕਨੀਕਲ ਇੰਜੀਨੀਅਰ ਉਹਦੇ ਸਾਹਮਣੇ ਫੇਲ ਹੈ ਗਿਆ ਲੇਕਿਨ ਇਨਾ ਪੜਿਆ ਲਿਖਿਆ ਹੋਣ ਦੇ ਬਾਵਜੂਦ ਸਮਝਦਾਰ ਆ ਸਿਆਣੇ ਬੰਦੇ ਦੀ ਗੱਲ ਸੁਣ ਵੀ ਲੈਂਦਾ ਵਾ ਖਾਸ ਕਰ ਇੰਡੀਅਨ ਪੋਲੀਟਿਸ਼ੀਅਨ ਨੇ ਜਿਹੜੇ ਕਿਸੇ ਵੀ ਪਾਰਟੀ ਚ ਚਾਹੇ ਭਾਜਪਾ ਹੋਵੇ ਚਾਹੇ ਰਾਸ਼ਟਰਵਾਦੀ ਹੋਵੇ ਚਾਹੇ ਕਾਂਗਰਸ ਹੋਵੇ ਕਿਸੇ ਵੀ ਪਾਰਟੀ ਦੀ ਹੋਵੇ ਉਹ ਅਕਾਲੀਆਂ ਦੀ ਸਾਰਿਆਂ ਦੀ ਸੁਣਦਾ ਵਾ ਇਨਾ ਸਿਆਣਾ ਵਾ ਕੋਰੋਨਾ ਵਾਇਰਸ ਉਹ ਬੜਾ ਸੁਣ ਲੈਂਦਾ ਸਾਰਿਆਂ ਦੀ ਗੱਲ ਬਈ ਹਾਂ ਵੀ ਮੈਂ ਹੁਣ ਇਹ ਗੱਲ ਸੁਣਨੀ ਚਾਹਣੀ ਹੈ ਨਾ ਉਹਨੂੰ ਕਹਿ ਦਿੱਤਾ ਗਿਆ ਵੀ ਤੂੰ ਰਾਤੀ 10:30 ਵਜੇ ਤੋਂ 10 ਵਜੇ ਤੋਂ ਬਾਅਦ ਆਉਣਾ ਵਾ ਸਵੇਰੇ 5:30 ਵਜੇ ਚੱਲ ਜਾਣਾ ਕਿਉਂਕਿ ਉਸ ਤੋਂ ਬਾਅਦ ਫਿਰ ਕਰਫਿਊ ਖੁੱਲ ਜਾਣਾ ਤੇ ਫਿਰ ਲੋਕੀ ਆਉਣਗੇ ਤੂੰ ਕਰਫਿਊ ਦੇ ਵਿੱਚ ਨਹੀਂ ਬਣ ਮਤਲਬ ਕਰਫਿਊ ਦੇ ਵਿੱਚ ਫਿਰ ਸਕਦਾ ਤੂੰ ਤੇ ਪੁਲਸ ਵਾਲਿਆਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਉੱਥੇ ਸਿਕਿਉਰਿਟੀ ਨੂੰ ਵੀ ਜੇ ਰਾਤ ਨੂੰ 10 ਵਜੇ ਤੋਂ ਬਾਅਦ ਕੋਰੋਨਾ ਆਵੇ 5:30 ਵਜੇ ਤੱਕ ਸਵੇਰੇ ਉਹਨੂੰ ਕੁਝ ਨਹੀਂ ਕਰਨਾ ਨਾ ਉਹਨੂੰ ਬਿਲਕੁਲ ਹੱਥ ਨਹੀਂ ਲਾਉਣਾ ਕੋਰੋਨਾ ਤੁਸੀਂ ਮਾਰਨਾ ਨਹੀਂ ਵਿਚਾਰੇ ਉਹਨੂੰ ਉਹ ਗਰੀਬ ਨੂੰ ਮਾਰਨਾ ਨਹੀਂ ਉਹਨੂੰ ਕਹਿ ਦਿੱਤਾ ਗਿਆ ਵਾ ਤੂੰ ਰਾਤੀ 10 ਵਜੇ ਤੋਂ ਬਾਅਦ ਆਉਣਾ ਤੇ ਤੋ ਉਹ ਇੰਨਾ ਸਿਆਣਾ ਵਾ ਸਾਡੇ ਪੰਜਾਬ ਚ ਵੇਖੋ ਮੈਨੂੰ ਫਖਰ ਮਹਿਸੂਸ ਹੁੰਦਾ ਕਿ ਅਸੀਂ ਪੰਜਾਬੀ ਆ ਮੈਨੂੰ ਬਹੁਤ ਫਖਰ ਮਹਿਸੂਸ ਹੁੰਦਾ ਕਿ ਪਰਮਾਤਮਾ ਸਾਨੂੰ ਕਿੰਨੇ ਦਿਮਾਗ ਦਿੱਤੇ ਤੂ ਕਿੰਨੇ ਤਗੜੇ ਸਾਡੇ ਪੋਲਿਟਿਸ਼ਨਾਂ ਨੂੰ ਸਾਰਿਆਂ ਨੂੰ ਕਿੰਨੇ ਵਧੀਆ ਦਿਮਾਗ ਦਿੱਤੇ ਆ ਸਾਰਿਆਂ ਨੂੰ ਤੇ ਉਹ ਜਿਹੜਾ ਹੁਣ ਕਰੋਨਾ ਵਾ ਉਹ ਇੰਨਾ ਸਿਆਣਾ ਵਾ ਕਿਤੇ ਕਿਤੇ ਤੇ ਆਡੀਵਨ ਕਰਤਾ ਗਿਆ ਵਾ ਭਈ ਲੈਫਟ ਦੀਆਂ ਦੁਕਾਨਾਂ ਖੁੱਲਣਗੀਆਂ ਤੇ ਰਾਈਟ ਤੇ ਕਰੋਨਾ ਫਿਰੇਗਾ ਉਦੋਂ ਉਹਨੂੰ ਕਹਤਾ ਗਿਆ ਵੀ ਤੂੰ ਰਾਈਟ ਤੇ ਫਿਰਨਾ ਉਦੋਂ ਉਹ ਕਹਿੰਦਾ ਠੀਕ ਹੈ ਜੀ ਤੇ ਫਿਰ ਕਰੋਨਾ ਨੂੰ ਕਿਹਾ ਗਿਆ ਵੀ ਜਿੱਦਣ ਰਾਈਟ ਦੀਆਂ ਦੁਕਾਨਾਂ ਖੁੱਲੀਆਂ ਤੂੰ ਲੈਫਟ ਸੇ ਫੁਰਨਾ ਵਾ ਤੂੰ ਇਧਰ ਰਾਈਟ ਵਾਲੇ ਬੰਨੇ ਨਹੀਂ ਹੋਣਾ ਉਹ ਕਰੋਨਾ ਗੰਦਾ ਠੀਕ ਹੈ ਜੀ ਕੋਈ ਗੱਲ ਨਹੀਂ ਉਹ ਮੰਨ ਗਿਆ ਕਿਉਂਕਿ ਸਾਡੇ ਜਿਹੜੇ ਪੋਲੀਟੀਸ਼ਨ ਨੇ ਸਾਡੇ ਜਿਹੜੇ ਪੰਜਾਬ ਦੇ ਖਾਸ ਕਰਕੇ ਇੰਡੀਆ ਦੇ ਜਿਹੜੇ ਪੂਰੇ ਦੇ ਪੋਲੀਟੀਸ਼ਨ ਬੜੇ ਸਿਆਣੇ ਆ ਇਹ ਅਮਰੀਕਾ ਕੈਨੇਡਾ ਕੁਛ ਨਹੀਂ ਉਹਦੇ ਸਾਹਮਣੇ ਇਹ ਬੜੇ ਸਿਆਣੇ ਇਹਨਾਂ ਨੇ ਕਰੋਨਾ ਨੂੰ ਪੂਰਾ ਬਿਠਾ ਕੇ ਉਹਨੂੰ ਇਹ ਦੱਸਤਾ ਤੇ ਸਾਡੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਪੰਜਾਬ ਸੀਐਮ ਸਾਹਿਬ ਜੀ ਤੁਹਾਡੇ ਕੋਲ ਵੀਡੀਓ ਪਹੁੰਚ ਗਈ ਤੇ ਗੁੱਸਾ ਨਾ ਕਰਨਾ ਮੇਰਾ ਸੁਣ ਲਈਦਾ ਮੈਂ ਜਿੰਦੀ ਕਾ ਸੁਣੀ ਆ ਤੇ ਇਸ ਕਰਕੇ ਭਾਈ ਸਾਹਿਬ ਇਹ ਮੈਨੂੰ ਇਹ ਦੱਸੋ ਕਿਹੜਾ ਕਰੋਨਾ ਵਾ ਐਡਾ ਪੜਿਆ ਲਿਖਿਆ ਜਿਹੜਾ ਪੂਰੇ ਟਾਈਮ ਨਾ ਆਏਗਾ ਤੇ ਟਾਈਮ ਨਾਲ ਚੱਲ ਜੇਗਾ ਤੇ ਕਰੋਨਾ ਫੈਲੇਗਾ ਨਹੀਂ ਫਿਰ ਉਹ ਇਹ ਮੈਨੂੰ ਦੱਸੋ ਯਾਰ ਮਾੜੇ ਮੈਨੂੰ ਯਾਰ ਥੋੜਾ ਦੱਸੋ ਸਾਰੇ ਗੱਲ ਮਿਲ ਕੇ ਆ ਕਿਤੇ ਮੈਨੂੰ ਪਤਾ ਲੱਗੇ ਕਿਹੜਾ ਕਰੋਨਾ ਵਾ